ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨ ਕਾਇ ਰਾਤੜਿਆ ਵਾਟ ਦਹੇਲੀ ਰਾਮ ਪਾਪ ਕਮਾਵਦਿਆ تیر ਕੋਏ ਨ ਬੀਲੀ ਰਾਮ ਗੱਲ ਉਸ ਪਾਪੀ ਦੀ ਆ ਜਿਸ ਪਾਪੀ ਨੇ ਜਿਸ ਦੁਸ਼ਟ ਨੇ ਜਿਸ ਪੁੱਛੜ ਨੇ ਪੰਜਾਬ ਪੁਲਿਸ ਦੀ ਵਰਦੀ ਪਹਿਨ ਕੇ ਹਜ਼ਾਰਾਂ ਹੀ ਸਿੱਖ ਨੌਜਵਾਨਾਂ ਨੂੰ ਝੂਠੇ ਪੋਰਸ ਮੁਕਾਬਲੇਾਂ ਦੇ ਵਿੱਚ ਸ਼ਹੀਦ ਕੀਤਾ ਹਜ਼ਾਰਾਂ ਹੀ ਸਿਕਨੋ ਜਵਾਨਾਂ ਨੂੰ ਤਸ਼ੱਦਦ ਕਰ ਕਰਕੇ ਨਕਾਰਾ ਕੀਤਾ ਇੱਕ ਇਹੋ ਜਿਹਾ ਜਲਾਦ ਹੋ ਨਿਭੜਿਆ ਜਿਸ ਨੇ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਦਾ ਜੋ ਸ਼ਹਾਦਤ ਵਰਤਾਰਾ ਹੈ ਉਸ ਸ਼ਹਾਦਤ ਵਰਤਾਰੇ ਨੂੰ ਅੱਜ ਦੇ ਸਮੇਂ ਵਿੱਚ ਦੁਹਰਾ ਦਿੱਤਾ ਇੱਕ ਜਲਾਦ ਬਣ ਕੇ ਔਰ ਉਹ ਜਲਾਦ ਅਜੀਹਾ ਬਣ ਗਿਆ ਕਿ ਉਸ ਨੇ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਰਾਜ ਦੀ ਸ਼ਕਤੀ ਦੇ ਸੋਮੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਮਕੇ ਦੇ ਠੁੱਡਾ ਮਾਰੀਆਂ ਉਸ ਨੂੰ ਤਸੀਹੇ ਦਿੱਤੇ ਅਤੇ ਉਸ ਦੀ ਛਾਤੀ ਦੇ ਵਿੱਚ ਗੋਲੀ ਮਾਰ ਕੇ ਉਸ ਨੂੰ ਸ਼ਹੀਦ ਕੀਤਾ ਉਸ ਸਵਰਨੇ ਘੋਟਨੇ ਨੇ ਜਿਸ ਲੱਤ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਠੁੱਡਾਂ ਮਾਰੀਆਂ ਸੀ ਅਕਾਲ ਪੁਰਖ ਵਾਹਿਗੁਰੂ ਨੇ ਇਹੋ ਜਿਹੀ ਕਲਾ ਵਰਤਾਈ ਜੇ ਉਸ ਨੂੰ ਅਦਰੰਗ ਦਾ ਦੌਰਾ ਪਿਆ ਅਤੇ ਉਸ ਦੀ ਉਹ ਲੱਤ ਖੜ ਗਈ ਜਿਸ ਹੱਥ ਦੇ ਨਾਲ ਉਸ ਨੇ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਟੀ ਛਾਤੀ ਦੇ ਵਿੱਚ ਗੋੜੀ ਮਾਰੀ ਸੀ ਉਹ ਬਾਹ ਵੀ ਖੜ ਗਈ ਇੱਕ ਟਰਰ ਇਨ ਪੰਜਾਬ ਨਾਮ ਦੀ ਕਿਤਾਬ ਹੈ ਜਿਸ ਨੂੰ ਇੱਕ ਕਿਸੇ ਪੁਲਿਸ ਅਧਿਕਾਰੀ ਵੱਲੋਂ ਹੀ ਲਿਖਿਆ ਗਿਆ ਉਹਦੇ ਵਿੱਚ ਉਸ ਨੇ ਲਿਖਿਆ ਕਿ ਜਦੋਂ ਪੰਜਾਬ ਦੇ ਬੁੱਚੜ ਕੇਪੀ ਗਿੱਲ ਨੂੰ ਡੀਐਸਪੀ ਐਸਪੀ ਜਾਂ ਐਸਐਸਪੀ ਇਹ ਇਹ ਦੱਸਣ ਵਾਸਤੇ ਜਾਇਆ ਕਰਦਾ ਸੀ ਕਿ ਮੈਂ ਪੰਜ ਮਾਰੇ ਹਨ ਸਿੱਖ ਨੌਜਵਾਨ ਕੋਈ ਕਹਿੰਦਾ ਸੀ 10 ਮਾਰੇ ਆ ਕੋਈ ਕਹਿੰਦਾ ਸੀ 12 ਮਾਰੇ ਆ ਤਸ ਵਰਨਾ ਘੋੜਨਾ ਇੱਕ ਅਜੀਹਾ ਵਿਅਕਤੀ ਸੀ ਜਿਸ ਦੀ ਲਿਸਟ ਦੇ ਵਿੱਚ ਸੈਂਕੜੇ ਨਾਮ ਹੁੰਦੇ ਸੀ ਸਾਡੇ ਸਤਕਾਰ ਜੋ ਸਿੱਖ ਭਰਾਵਾਂ ਦੇ ਇਹ ਉਹ ਵਿਅਕਤੀ ਸੀ ਜਿਸ ਨੇ ਭਾਈ ਗੁਰਦੇਵ ਸਿੰਘ ਪਿੰਡ ਧੀਰਪੁਰ ਨੂੰ ਉੱਬਲਦੇ ਹੋਏ ਪਾਣੀ ਦੇ ਕਰਾਹੇ ਵਿੱਚ ਸੁੱਟ ਕੇ ਸ਼ਹੀਦ ਕੀਤਾ ਸੀ ਜਿਸ ਨੇ ਭਾਈ ਮਤੀ ਦਾਸ ਜੀ ਵਾਂਗ ਭਾਈ ਅਵਤਾਰ ਸਿੰਘ ਬਿਸਰਾਮਪੁਰੋਂ ਕਪੂਰਥਲਾ ਦੇ ਥਾਣੇ ਦੇ ਵਿੱਚ ਇੱਕ ਲੱਤ ਦਰਖਤ ਦੇ ਨਾਲ ਬੰਨ ਕੇ ਤੇ ਦੂਸਰੀ ਲੱਤ ਜੀਪ ਦੇ ਨਾਲ ਬੰਨ ਕੇ ਦੋ ਫਾੜ ਕਰਕੇ ਸ਼ਹੀਦ ਕੀਤਾ ਸੀ ਇਹ ਉਹ ਜਲਾਦ ਹੈ ਜਿਸ ਨੇ ਭਾਈ ਮਨਵੀਰ ਸਿੰਘ ਚਿਹਰੂ ਨੂੰ ਗ੍ਰਿਫਤਾਰ ਕਰਨ ਵਾਸਤੇ ਆਪਣੇ ਘਰ ਦੀ ਇੱਜ਼ਤ ਵੀ ਦਾਅ ਤੇ ਲਗਾ ਦਿੱਤੀ ਸੀ ਇਹ ਉਹ ਵਿਅਕਤੀ ਆ ਜਿਹੜਾ ਘੋਟਨਾ ਆਪਣੀ ਜੀਪ ਦੇ ਵਿੱਚ ਹੀ ਰੱਖਦਾ ਸੀ ਅਤੇ ਜਿੱਥੇ ਵੀ ਕੋਈ ਇਸਨੇ ਕੋਈ ਵਿਅਕਤੀ ਫੜ ਲੈਣਾ ਤੇ ਘੋਟਨਾ ਉੱਥੇ ਹੀ ਉਹਦੇ ਲਗਾਉਣ ਲੱਗ ਪੈਣਾ ਜਿਸ ਕਾਰਨ ਇਸ ਦਾ ਨਾਮ ਘੋਟਨਾ ਪੈ ਗਿਆ ਸੀ ਇਹ ਸవర్ਨਾ ਘੋਟਨਾ ਜਿਸਨੇ ਸਿਕ ਨੌਜਵਾਨਾਂ ਤੇ ਅਜੀਹਾ ਤਸ਼ੱਦਦ ਕੀਤਾ ਸੀ ਤੇ ਇਹ ਧਾਰਨਾ ਬਣ ਚੁੱਕੀ ਸੀ ਉਸ ਵੇਲੇ ਕਿ ਜਿਹੜਾ ਵਿਅਕਤੀ ਸਵਰਨਾ ਕੋਲੋਂ ਇੰਟਰੋਗੇਟ ਹੋ ਗਿਆ ਉਹਨੂੰ ਪੰਜਾਬ ਪੁਲਸ ਦਾ ਮੁਖੀ ਰੁਪੇਰੋ ਜਾਂ ਕੇਪੀ ਗਲਵੀ ਆ ਕੇ ਇੰਟਰੋਗੇਟ ਨਹੀਂ ਕਰ ਸਕਦਾ ਕਿਉਂਕਿ ਇੰਨਾ ਜ਼ਿਆਦਾ ਉਹ ਪਹਿਲਾਂ ਹੀ ਉਸਤੇ ਜ਼ੁਲਮ ਕਰ ਚੁੱਕਾ ਹੁੰਦਾ ਸੀ ਸੋ ਉਹ ਸਵਰਨਾ ਘੋਟਨਾ ਜਿਸ ਨੇ ਸਿਕ ਕੌਮ ਦੇ ਸਰਵ ਉੱਚ ਸਥਾਨ ਸ੍ਰੀ ਅਕਾਲ ਤਖਸਾਲ ਦੇ ਜਥੇਦਾਰ ਨੂੰ ਸ਼ਹੀਦ ਕੀਤਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਸਾਜੀ ਹੋਈ ਕੁਦਰਤ ਨੇ ਉਸ ਨੂੰ ਅਜੀਹਾ ਅਦਰੰਗ ਦਾ ਦੌਰਾ ਪਾਇਆ ਜਿਨ੍ਹਾਂ ਨੇ ਜਿਨ੍ਹਾਂ ਨੇ ਉਸ ਨੂੰ ਉਸ ਹਾਲਤ ਵਿੱਚ ਵੇਖਿਆ ਤਾਂ ਉਹ ਦੱਸਦੇ ਹਨ ਕਿ ਜੇ ਇਸ ਗੰਦੀ ਜ਼ਬਾਨ ਦੇ ਨਾਲ ਇਸ ਨੇ ਭਾਈ ਗੁਰਦੇਵ ਸਿੰਘ ਜੀ ਕੋંਕੇ ਨੂੰ ਗਾਲ੍ਹਾਂ ਕੱਢੀਆਂ ਸੀ ਜਾਂ ਹੋਰ ਸਿੱਖ ਨੌਜਵਾਨਾਂ ਨੂੰ ਇਹ ਗਾਣਾ ਕੱਢਿਆ ਕਰਦਾ ਸੀ ਉਹ ਜ਼ੁਬਾਨ ਵੀ ਇਸ ਦੀ ਅਕਾਲ ਪੁਰਖ ਨੇ ਖੋ ਲਈ ਸੀ ਕਿਉਂਕਿ ਇਹ ਚੰਗੀ ਤਰ੍ਹਾਂ ਬੋਲ ਵੀ ਨਹੀਂ ਸੀ ਸਕਦਾ ਬੇਸ਼ੱਕ ਇਹ ਖਾਲਸਾ ਪੰਥ ਦੀ ਸਜ਼ਾ ਤੋਂ ਬਚ ਗਿਆ ਸੀ ਪਰ ਅਕਾਲ ਪੁਰਖ ਵਾਹਿਗੁਰੂ ਨੇ ਇਸ ਨੂੰ ਅਜੇਹੀ ਸਜ਼ਾ ਦਿੱਤੀ ਕਿ ਆਪਣੇ ਜਵਾਈ ਦੇ ਹਸਪਤਾਲ ਦੇ ਵਿੱਚ ਤੜਫ ਤੜਫ ਕੇ ਅਖੀਰ ਮਰ ਗਿਆ ਸੀ ਅੱਜ ਸਮੁੱਚੀ ਸਿੱਖ ਕੌਮ ਪਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਸ਼ਹਾਦਤ ਨੂੰ ਨਤਮਸਤਕ ਹੋ ਰਹੀ ਆ ਉੱਤੇ ਇਸ ਪਾਪੀ ਨੂੰ ਵੀ ਲਾਣ ਤਾਂ ਪਾ ਰਹੀ ਆ ਜਿਨ੍ਹਾਂ ਚ ਦੁਨੀਆ ਰਵੇਗੀ ਉਹਨਾਂ ਚ ਪਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਸ਼ਹਾਦਤ ਨੂੰ ਨਤਮਸਤਕ ਹੁੰਦੀ ਰਹੇਗੀ ਸਿੱਖ ਕੌਮ ਅਤੇ ਇਹੋ ਜਿਹੇ ਪਾਪੀਆਂ ਨੂੰ ਲਾਣ ਤਾਂ ਪਾਉਂਦੀ ਰਹੇਗੀ ਅੱਜ ਸਮੁੱਚੀ ਸਿੱਖ ਕੌਮ ਦਾ ਫਰਜ਼ ਬਣਦਾ ਕਿ ਆ ਜੋ ਪੜਸ ਵਾਲੇ ਹਨ ਜਿਹਨਾਂ ਨੇ ਸਿੱਖਾਂ ਦੇ ਜ਼ੁਲਮ ਕੀਤਾ ਇਹਨਾਂ ਦੀ 200 ਤੋਂ ਜ਼ਿਆਦਾ ਲੰਬੀ ਲਿਸਟ ਹੈ ਸੋ ਇਹੋ ਇਹਨਾਂ ਦੇ ਪਰਿਵਾਰਾਂ ਦਾ ਸਮੁੱਚਾ ਬਾਈਕਾਰ ਕੀਤਾ ਜਾਵੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਰਿਸ਼ਤੇਦਾਰੀ ਪੌਣ ਤੋਂ ਗਰੀਜ ਕੀਤਾ ਜਾਵੇ ਤਾਂ ਕਿ ਇਹਨਾਂ ਨੂੰ ਆਪਣੇ ਪੁਲਿਸੀਆਂ ਵੱਲੋਂ ਕੀਤੇ ਗਏ ਜ਼ੁਲਮਾਂ ਦਾ ਅਹਿਸਾਸ ਹੋ ਸਕੇ ਅਤੇ ਇਹ ਦੁਨੀਆ ਦੀਆਂ ਨਿਗਾਹਾਂ ਦੇ ਵਿੱਚ ਸਮਾਜ ਦੇ ਵਿੱਚ ਸ਼ਰਮਜਸਾਰ ਹੋ ਸਕਣ ਸੋ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ 25 ਦਸੰਬਰ ਵਾਲੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਸਵਰਨਿਕ ਕੋਟ ਨੇ ਵੱਲੋਂ ਭੇਜੀ ਗਈ ਪੁਲਿਸ ਵੱਲੋਂ ਅਤੇ 1 ਜਨਵਰੀ ਵਾਲੇ ਦਿਨ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਇਸ ਦਸਤ ਸਵਰਨਿਕ ਕੋਟ ਨੇ ਖਦ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਿੱਖ ਨੌਜਵਾਨਾਂ ਨੂੰ ਪੁੱਤਰਾਂ ਵਾਂਗ ਪਿਆਰ ਕਰਦੇ ਸੀ ਬਹੁਤ ਸਾਰੀਆਂ ਮਿਸਾਲਾਂ ਹਨ ਜਿਨ੍ਹਾਂ ਵਿੱਚੋਂ ਇੱਕ ਚ ਮਿਸਾਲ ਹੈ ਕਿ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਪਿੰਡ 77 ਆਰਬੀ ਜ਼ਿਲ੍ਹਾ ਗੰਗਾ ਨਗਰ ਰਾਜਸਥਾਨ ਜੋ ਕਿ ਮੇਰੇ ਕਈ ਕਿਸਾਂ ਦੇ ਵਿੱਚ ਮੁਕਦਮੇਬਾਰ ਵੀ ਸੀ ਅਤੇ ਬਹੁਤ ਹੀ ਪਿਆਰਾ ਦੋਸਤ ਵੀ ਸੀ ਉਸ ਭਾਈ ਜਗਜੀਤ ਸਿੰਘ ਨੂੰ ਚੰਡੀਗੜ੍ਹ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਬਹੁਤ ਜ਼ਿਆਦਾ ਉਸ ਦੇ ਤਸ਼ੱਦਦਟ ਆਇਆ ਅਤੇ ਸਿਕਿਉਰਿਟੀ ਜੀਲ ਨਾਬਾ ਦੀਆਂ 8 ਨੰਬਰ ਚੱਕੀਆਂ ਦੇ ਵਿੱਚ ਬੰਦ ਕਰ ਦਿੱਤਾ ਇਸ ਸਮੇਂ ਭਾਈ ਗੁਰਦੇਵ ਸਿੰਘ ਜੀ ਕੌਂਕੇ ਵੀ ਇਨ੍ਹਾਂ ਹੀ 8 ਚੱਕੀਆਂ ਦੇ ਵਿੱਚ ਬੰਦ ਸੀ ਸ਼ਾਮ ਦਾ ਵਕਤ ਆਇਆ ਜੋ ਮੌਕੇ ਤੇ ਮੌਜੂਦ ਜੇਲ੍ਹ ਦਾ ਮੁਲਾਜ਼ਮ ਸੀ ਜਿਸ ਨੂੰ ਸੰਤਰੀ ਕਿਹਾ ਜਾਂਦਾ ਤਾਂ ਉਸ ਨੇ ਸੱਤ ਚੱਕੀਆਂ ਦੇ ਜਿੰਦਰੇ ਖੋਲ ਦਿੱਤੇ ਕੁਝ ਘੰਟਿਆਂ ਵਾਸਤੇ ਅਤੇ ਭਾਈ ਦਗਜੀਤ ਸਿੰਘ ਗਿੱਲ ਵਾਲੀ ਚੱਕੀ ਦਾ ਜਿੰਦਰਾ ਨਾ ਖੋਲਿਆ ਭਾਈ ਗੁਰਦੇਵ ਸਿੰਘ ਜੀ ਕੌਂਕੀ ਨੇ ਆਲੇ ਦੁਆਲੇ ਵੇਖਿਆ ਤਾਂ ਉਸ ਸੰਤਰੀ ਨੂੰ ਪੁੱਛਿਆ ਕਿ ਤੂੰ ਬਾਕੀ ਤਾਂ ਜਿੰਦਰੇ ਖੋਲ ਦਿੱਤੇ ਪਰ ਇਸ ਚੱਕੀ ਦਾ ਜਿੰਦਰਾ ਕਿਉਂ ਨਹੀਂ ਖੁੱਲਿਆ ਇਸ ਨੌਜਵਾਨ ਨੂੰ ਬਾਹਰ ਕਿਉਂ ਨਹੀਂ ਕੱਢਿਆ ਤਾਂ ਉਸ ਨੇ ਆਖਿਆ ਕਿ ਇਹ ਬਹੁਤ ਖਤਰਨਾਕ ਵਿਅਕਤੀ ਆ ਕਿ ਕਪੂਰਥਲਾ ਦੀ ਝੀਲ ਤੋਂ ਦੋ ਬੰਦੇ ਮਾਰ ਕੇ ਭੱਜ ਗਿਆ ਸੀ ਤੇ ਇਸ ਨੂੰ 24 ਘੰਟੇ ਚੱਕੀ ਬੰਦ ਰੱਖਣ ਦਾ ਹੁਕਮ ਆ ਸੁਪਰਡੈਂਟ ਵੱਲੋਂ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੇ ਇੱਕ ਬਾਪ ਦਾ ਫਰਜ਼ ਨਿਭਾਉਂਦਿਆਂ ਉਸ ਸੰਤਰੀ ਨੂੰ ਆਖਿਆ ਕਿ ਜਾ ਜਾ ਕੇ ਆਪਣੇ ਸੁਪਰਡੈਂਟ ਨੂੰ ਆਖ ਕਿ ਉਹ ਜਾਂ ਤਾਂ ਮੈਨੂੰ ਵੀ 24 ਘੰਟੇ ਚੱਕੀ ਬੰਦ ਕਰ ਦੇਵੇ ਤੇ ਜਾਂ ਇਸ ਨੌਜਵਾਨ ਨੂੰ ਵੀ ਸਾਢੇ ਬਾਗ ਖੋਲਣਾ ਸ਼ੁਰੂ ਕਰ ਦੇਵੇ। ਕਰੀਬ 20 ਮਿੰਟ ਬਾਅਦ ਉਹ ਸੰਤਰੀ ਜੇਲ੍ਹ ਦੀ ਡਿਊਟੀ 'ਚੋਂ ਵਾਪਸ ਆਇਆ ਤਾਂ ਉਸਨੇ ਆਣ ਕੇ ਭਾਈ ਜਗਜੀਤ ਸਿੰਘ ਗਿੱਲ ਦੀ ਚੱਕੀ ਦਾ ਜਿੰਦਰਾ ਵੀ ਖੋਲ ਦਿੱਤਾ ਅਤੇ ਬਾਕੀ ਸੰਗਾਂ ਬਾਗ ਹੀ ਉਸਦੀ ਵੀ ਵੰਦੀ ਹੋਣ ਲੱਗ ਪਈ ਇਸੇ ਤਰ੍ਹਾਂ ਹੀ 29 ਅਪ੍ਰੈਲ 1986 ਵਾਲੇ ਦਿਨ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਪੰਥ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ ਤਾਂ ਅਗਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਨੀਲੇ ਕਾਂਗਰਸੀ ਨੇ ਰਜੀਵ ਗਾਂਧੀ ਨੂੰ ਖੁਸ਼ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਭਾਰੀ ਪੁਲਿਸ ਭੇਜ ਦਿੱਤੀ ਸੀ CRPF ਭੇਜ ਦਿੱਤੇ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਜੀ ਕੋਂਕੇ ਭਾਈ ਸੂਰਤਾ ਸਿੰਘ ਸਮੇਤ ਬਹੁਤ ਸਾਰੇ ਸਿੰਘਾਂ ਨੂੰ ਗ੍ਰਫਤਾਰ ਕਰ ਲਿਆ ਸੀ ਅਤੇ ਭਾਈ ਗੁਰਦੇਵ ਸਿੰਘ ਜੀ ਕੋਂਕੇ ਅਤੇ ਭਾਈ ਸੂਰਤ ਸਿੰਘ ਖਾਲਸਾ ਨੂੰ ਹਰਿਆਣਾ ਦੇ ਵਿੱਚ ਭੇਜਿਆ ਗਿਆ ਅਤੇ ਪੁਲਿਸ ਰਿਮਾਂਡ ਦੌਰਾਨ ਭਾਈ ਗੁਰਦੇਵ ਸਿੰਘ ਕੋਂਕੇ ਨੇ ਪੁਲਿਸ ਦੀ ਮੈਸਜ ਬਣਿਆ ਹੋਇਆ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਭਾਈ ਗੁਰਦੇਵ ਸਿੰਘ ਇੱਕ ਪਹਿਲੇ ਸਿੱਖ ਹੋ ਨਿਭੜੇ ਸੀ ਜਿਨ੍ਹਾਂ ਦਾ ਵਾਸਤੇ ਪੁਲਿਸ ਰਿਮਾਂਡ ਦੌਰਾਨ ਪੁਲਿਸ ਦੇ ਥਾਣੇ ਵਿੱਚ ਸਥਾਨਕ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਤਿਆਰ ਹੋ ਕੇ ਆਉਂਦਾ ਰਿਹਾ ਪਰ ਰਿਮਾਂਡ ਖਤਮ ਹੋਇਆ ਮਈ ਮਹੀਨੇ ਅਦ ਵਿਚਕਾਰ ਭਾਈ ਗੁਰਦੀਪ ਸਿੰਘ ਜੀ ਕੋਂਕੇ ਸਿਕਿਉਰਿਟੀ ਜੀਲ ਸੰਗਰੂਰ ਲਿਆਂਦੇ ਗਏ ਜਦੋਂ ਜਿਉੜੀ ਦੇ ਵਿੱਚ ਪੁੱਜੇ ਤਾਂ ਜੇਲ੍ਹ ਦਾ ਜੋ ਡਿਪਟੀ ਸੁਪਰਡੈਂਸੀ ਜਗਰੂਪਾ ਜਿਸ ਤੇ ਨਾਮ ਨਾਲ ਸਿੰਘ ਲੋਣਾ ਵੀ ਸਿੰਘ ਸ਼ਬਦ ਦੀ ਤੋਹੀਨ ਹੈ ਉਸ ਨੇ ਭਾਈ ਗੁਰਦੀਪ ਸਿੰਘ ਜੀ ਨੂੰ ਆਖਿਆ ਕਿ ਜੱਥੇਦਾਰ ਜੀ ਆਪਣਾ ਤੁਸੀਂ ਗਾਤਰਾ ਉਤਾਰ ਦਿਓ ਤਾਂ ਭਾਈ ਗੁਰਦੀਪ ਸਿੰਘ ਜੀ ਦਾ ਜਵਾਬ ਸੀ ਕਿ ਮੈਂ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਨੂੰ ਪੈਨਣ ਦਾ ਹੱਕ ਰੱਖਦਾ ਤਾਂ ਉਹ ਕਹਿਣ ਲੱਗ ਗਿਆ ਨਹੀਂ ਜੀ ਇਹ ਤਾਂ ਸਿਕਿਉਰਿਟੀ ਜੀ ਲਿਆ ਇੱਥੇ ਤੁਸੀਂ ਗਾਤਰਾ ਨਹੀਂ ਪਾ ਸਕਦੇ ਤਾਂ ਭਾਈ ਗੁਰਦੇਵ ਸਿੰਘ ਜੀ ਨੇ ਆਖਿਆ ਕਿ ਤੂੰ ਆਪਣੇ ਆਈ ਜੀ ਨੂੰ ਪੁੱਛ ਲੈ ਉਹ ਤੈਨੂੰ ਕੀ ਕਹਿੰਦਾ ਕਿਉਂਕਿ ਮੈਨੂੰ ਇਹ ਅਧਿਕਾਰ ਹੈ ਤਾਂ ਉਸ ਜਗਰੂਪੇ ਨੇ ਆਪਣੇ ਜੋ ਜੇਲ ਮੁਲਾਜ਼ਮ ਸੀ ਡਿਊਟੀ ਦੇ ਵਿੱਚ ਖੜੇ ਉਹਨਾਂ ਨੂੰ ਆਖਿਆ ਕਿ ਤੁਸੀਂ ਜਥੇਦਾਰ ਦਾ ਗਾਤਰਾ ਉਤਾਰ ਦਿਓ ਤਾਂ ਭਾਈ ਗੁਰਦੇਵ ਸਿੰਘ ਜੀ ਨੇ ਇੱਕਦਮ ਰੋਬ ਨਾਲ ਆਖਿਆ ਕਿ ਜਿਹਨੇ ਅੱਗੇ ਆਉਣਾ ਉਹ ਜਿਹੜਾ ਆਪਣੇ ਆਪ ਨੂੰ ਸੰਭਾਲ ਕੇ ਅੱਗੇ ਆਇਓ ਕਿਉਂਕਿ ਜਥੇਦਾਰ ਸਾਹਿਬ 6 ਫੁੱਟ ਤੋਂ ਵੀ ਜ਼ਿਆਦਾ ਲੰਬੇ ਸੀ ਅਤੇ ਉਹਨਾਂ ਦੀ ਸ਼ਖਸੀਅਤ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਲੋਕਾਂ ਤੇ ਤਾਂ ਸਾਰਿਆਂ ਨੇ ਹੀ ਅੱਗੇ ਆਉਣ ਤੋਂ ਸਿਰ ਫੇਰ ਦਿੱਤਾ ਕਿਸੇ ਨੇ ਪਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਹੱਥ ਤੱਕ ਨਾ ਲਗਾਇਆ ਜਗਰੂਪਾ ਸ਼ਰਮਸਾਰ ਹੋਇਆ ਆਪਣੇ ਦਫ਼ਤਰ ਦੇ ਵਿੱਚੋਂ ਉਸ ਨੇ ਕੈਂਚੀ ਲਈ ਅੰਦੀ ਅਤੇ ਪਿੱਛੋਂ ਉਸ ਨੇ ਜਥੇਦਾਰ ਸਾਹਿਬ ਦਾ ਗਾਤਰਾ ਕੱਟ ਦਿੱਤਾ ਜਦੋਂ ਗਾਤਰਾ ਕੱਟਿਆ ਤਾਂ ਪਾਈ ਗੁਰਦੇਵ ਸਿੰਘ ਜੀ ਕੌਂਕੇ ਨੇ ਉਸ ਦੇ ਇੰਨੇ ਜ਼ੋਰ ਨਾਲ ਥੱਪੜ ਮਾਰਿਆ ਕਿ ਜਗਰੂਪਾ ਧਰਤੀ ਤੇ ਡਿੱਗ ਪਿਆ ਉਸਦੀ ਪੱਗ ਖਿੱਲੜ ਗਈ ਅਜੇ ਇਹ ਬਰਤਾਰਾ ਵਰਤ ਹੀ ਰਿਹਾ ਸੀ ਕਿ ਇੱਕ ਜੇਲ੍ਹ ਮੁਲਾਜ਼ਮ ਜੇਲ੍ਹ ਦਾ ਅੰਦਰਲਾ ਜੋ ਗੇਟ ਹੁੰਦਾ ਉਹ ਲੰਘ ਕੇ ਜੇਲ੍ਹ ਦੇ ਅੰਦਰ ਆ ਗਿਆ ਤੇ ਕੱਲੀ-ਕੱਲੀ ਬਾਰਕ ਦੇ ਵਿੱਚ ਉਸਨੇ ਇਹ ਸੁਨੇਹਾ ਦੇ ਦਿੱਤਾ ਕਿ ਆਹ ਕੁਝ ਹੋ ਗਿਆ ਦੋ ਦਿਨ ਪੌਖੜ ਤਾਲ ਚੱਲੀ ਨਾਰੇਬਾਜੀ ਹੁੰਦੀ ਰਹੀ ਜੋ ਖਾਣ ਵਾਸਤੇ ਜਾਂ ਚਾਹ ਪਾਣੀ ਪੀਣ ਵਾਸਤੇ ਜੇਲ੍ਹ ਦੇ ਵੱਲੋਂ ਭਾਂਡੇ ਦਿੱਤੇ ਹੁੰਦੇ ਆ ਉਹ ਸਾਰੇ ਵਗਾ ਵਗਾ ਕੇ ਬਾਹਰ ਮਾਰੇ ਤਾਂ ਉਸ ਜਗਰੂਪੇ ਨੇ ਜਥੇਦਾਰ ਸਾਹਿਬ ਕੋਲੋਂ ਗਲਤੀ ਮੰਨੀ ਅਤੇ ਇਹ ਆਖ ਕੇ ਮੰਨੀ ਕਿ ਮੈਂ ਜਥੇਦਾਰ ਜੀ ਤੁਹਾਡੇ ਪੈਰਾਂ ਤੇ ਪੱਗ ਰੱਖਦਾ ਤੁਸੀਂ ਮੈਨੂੰ ਮਾਫ ਕਰ ਦਿਓ ਅਤੇ ਜੇਲ੍ਹ ਦੀ ਜੋ ਭੁਖੜਤਾਲਿਆ ਉਸ ਨੂੰ ਖਤਮ ਕਰਵਾ ਦਿਓ ਤਾਂ ਰਾਤ ਦੇ ਸਮੇਂ ਭਾਈ ਗੁਰਦੇਵ ਸਿੰਘ ਜੀ ਕੁੰਕੀ ਜੇਲ੍ਹ ਦੇ ਅੰਦਰ ਆਏ ਕੱਲੀ ਕੱਲੀ ਬਾਰਕ ਨੂੰ ਆਣ ਕੇ ਉਹਨਾਂ ਨੇ ਨਮਸਕਾਰ ਕੀਤਾ ਅਤੇ ਸਾਰਿਆਂ ਨੂੰ ਆਖਿਆ ਕਿ ਤੁਸੀਂ ਰੋਟੀ ਖਾ ਲਓ ਉਸ ਦੁਸ਼ਟ ਨੇ ਗਲਤੀ ਨਾ ਉਸ ਦੁਸ਼ਟ ਨੇ ਗਲਤੀ ਮੰਨ ਲਈਆ ਜਦੋਂ ਸਾਡੇ ਵਾਲੀ ਬਾਰਕ ਵਿੱਚ ਜੱਜਦਾਰ ਸਾਹਿਬ ਆਏ ਸੀ ਤਾਂ ਸਾਡੇ ਵਿੱਚੋਂ ਇੱਕ ਸਿੰਘ ਨੇ ਆਖਿਆ ਕਿ ਜੱਜਦਾਰ ਜੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜੱਜਦਾਰ ਹੋ ਤੇ ਤੁਹਾਡੇ ਤੋਂ ਗਲਤੀ ਇਹ ਜਗਰੂਪਾ ਨਹੀਂ ਬਲਕਿ ਜੇਲਾਂ ਦਾ ਆਈਜੀ ਆਣ ਕੇ ਮੰਨੇ ਉਹ ਆ ਕੇ ਗਲਤੀ ਮੰਨੇ ਮਾਫੀ ਮੰਗੇ ਤਾਂ ਫਿਰ ਅਸੀਂ ਪੋਕਟਦਾਲ ਤੋੜ ਦਿੰਨੇ ਆ ਤਾਂ ਜਥੇਦਾਰ ਸਾਹਿਬ ਨੇ ਫਿਰ ਆਖਿਆ ਕਿ ਨਹੀਂ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰਕੇ ਤੁਸੀਂ ਭੁੱਖੇ ਰਹੋ ਸੋ ਇਸ ਕਰਕੇ ਤੁਸੀਂ ਪ੍ਰਸ਼ਾਦਾ ਛਕ ਲਓ ਤੇ ਇਸ ਪੋਕਟਦਾਲ ਨੂੰ ਖਤਮ ਕਰ ਦਿਓ ਇਹੋ ਜਿਹਾ ਸੀ ਉਹ ਜਥੇਦਾਰ ਸਿੱਖ ਕੌਮ ਦਾ ਜਿਸ ਨੇ ਸਿੱਖ ਨੌਜਵਾਨਾਂ ਨੂੰ ਪੁੱਤਰਾ ਵਾਂਗ ਪਿਆਰ ਕੀਤਾ ਹਰ ਲੋੜ ਪੂਰੀ ਕੀਤੀ ਇੱਥੋਂ ਤੱਕ ਜੋ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੌਜਵਾਨ ਘਰਾਂ ਤੋਂ ਆਰਥਿਕ ਪੱਖ ਤੋਂ ਕਮਜ਼ੋਰ ਸਨ ਉਹਨਾਂ ਵਾਸਤੇ ਬਾਹਰੋਂ ਰਾਸ਼ਨ ਦਾ ਕੱਪੜਿਆਂ ਦਾ ਪ੍ਰਬੰਧ ਵੀ ਕਰਦੇ ਰਹੇ ਭਾਈ ਗੁਰਦੇਵ ਸਿੰਘ ਜੀ ਕੋਂਕੇ ਦਾ ਕਿੰਨਾ ਕੁ ਪ੍ਰਤਾਪ ਸੀ ਇਸ ਗੱਲ ਦਾ ਅੰਦਾਜ਼ਾ ਵੀ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਕਿ ਸਿਕਿਉਰਿਟੀ ਜੀਲ ਹੈ ਜੋ ਨਾਬੇ ਦੀ ਬਹੁਤ ਪੁਰਾਣੀ ਜੇਲ ਹੈ ਜੇਲ ਦੇ ਵਿਚਕਾਰ ਇੱਕ ਚੱਕਰ ਹੈ ਜਿੱਥੋਂ ਸਾਰੀਆਂ ਬਾਰਕਾਂ ਨੂੰ ਗੇਟ ਖੁੱਲਦੇ ਹਨ ਕੱਲੀ ਕੱਲੀ ਬਾਰਕ ਦਾ ਕਿੱਥੇ ਕੱਲੀ ਕੱਲੀ ਬਾਰਕ ਦੇ ਆਹਾਤੇ ਦੇ ਦਰਵਾਜ਼ੇ ਹਨ ਔਰ ਚੱਕਰ ਦੇ ਵਿੱਚ ਇੱਕ ਬਹੁਤ ਉੱਚਾ ਟਾਵਰ ਹੈ ਉਸ ਟਾਵਰ ਤੇ ਇੱਕ ਬੰਦਾ ਬੰਦਾ ਉਹ ਸਾਰੀ ਜੇਲ ਦੀ ਪੁਕਾਰ ਕਰਦਾ ਰਾਤ ਨੂੰ ਉਸ ਨੇ ਆਖਣਾ ਕਿ ਬੋਲ ਭਾਈ ਬਾਇਰਕ ਨੰਬਰ 3 ਸਭ ਅੱਛਾ ਹੈ ਤਾਂ ਅਗਲੇ ਰਮੋਰੋ ਕਹਿਣਾ ਜਿਹੜਾ ਮੌਜੂਦ ਉੱਤੇ ਸੰਤਰੀ ਹੋਵੇ ਉਹ ਕਹਿੰਦਾ ਸਭ ਅੱਛਾ ਹੈ ਜੇ ਬਾਇਰਕ ਵੱਲੋਂ ਜਵਾਬ ਨਾ ਆਵੇ ਤਾਂ ਸਮਝਿਆ ਜਾਂਦਾ ਕਿ ਕੋਈ ਗੜਬੜਿਆ ਜਦੋਂ ਇਹ ਬਾਇਰਕ ਬਾਇਰਕ ਬਾਈ ਬਾਇਰਕ ਆਵਾਜ਼ ਜਾਂਦੀ ਆ ساری ਝੀਲ ਦੇ ਵਿੱਚ ਤਾਂ ਇਹ ਆਵਾਜ਼ ਅੱਠ ਚੱਕੀਆਂ ਵਿੱਚ ਵੀ ਜਾਂਦੀ ਆ ਜਨਾਨ ਹੱਤੇ ਵੀ ਜੰਦੀ ਆ ਜੱਜਦਰ ਸਾਹਿਬ ਨੇ ਅੱਖਿਆ ਸੀ ਕਿ ਮੈਨੂੰ ਜਨਾਨ ਹੱਤੇ ਪਾੜਿਓ ਕਿਉਂਕਿ ਉਸ ਜੇਲ੍ਹ ਦੇ ਵਿੱਚ ਉਸ ਵੇਲੇ ਕੋਈ ਵੀ ਔਰਤ ਨਹੀਂ ਸੀ ਕੋਈ ਬੀਬੀ ਨਹੀਂ ਸੀ ਜਨਾਨ ਹੱਤਾ ਬਿਲਕੁਲ ਖਾਲੀ ਸੀ ਜੱਜਦਰ ਸਾਹਿਬ ਨੂੰ ਜਨਾਨ ਹੱਤੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਤੇ ਜਦੋਂ ਪੁਕਾਰ ਆਈ ਤਾਂ ਜੱਜਦਰ ਸਾਹਿਬ ਕਹਿਣ ਲੱਗੇ ਕਿ ਦੇਖੋ ਮੈਂ ਇੱਥੇ ਇਕੱਲਾ ਹੀ ਹਾਂ ਤੇ ਮੇਰੇ ਇਸ ਹੱਤੇ ਦੀ ਪੁਕਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਮੇਰੀ ਵਰਤੀ ਟੁੱਟਦੀ ਆ ਮੇਰੀ ਪਖਤੀ ਚ ਵਿਗੜ ਪੈਂਦਾ ਤੋ ਸਿਕਿਉਰਿਟੀ ਜੇਲ ਹੋਵੇ ਜਿਸ ਦਾ ਸਭ ਅੱਛਾ ਦਿੱਲੀ ਨਾਲ ਸੰਪਰਕ ਹੋਵੇ ਕਿਉਂਕਿ ਆਮ ਜਿਲ੍ਹਾ ਦਾ ਜੋ ਸਭ ਅੱਛਾ ਹੁੰਦਾ ਆ ਰਾਤ ਨੂੰ ਉਹ ਚੰਡੀਗੜ੍ਹ ਹੁੰਦਾ ਆ IGJL ਦੇ ਨਾਲ ਤੇ ਸਿਕਿਉਰਿਟੀ ਜੇਲ ਦਾ ਚੰਡੀਗੜ੍ਹ ਪਲੱਸ ਦਿੱਲੀ ਨਾਲ ਹੋਇਆ ਕਰਦਾ ਸੀ ਇੱਥੇ ਸਭ ਕੁਝ ਠੀਕ ਠਾਕ ਹੈ ਸੋ ਉਹ ਪੁਕਾਰ ਬੰਦ ਹੋ ਗਈ ਸੀ ਜਿੰਨਾ ਚਿਰ ਜਥੇਦਾਰ ਸਿਕਿਉਰਟੀ ਜੀਲ ਨਾਬਾ ਦੇ ਜਨਾਨ ਹੱਥ ਵਿੱਚ ਰਹੇ ਉਹਨਾਂ ਚਿਰ ਉਹ ਪੁਕਾਰ ਨਹੀਂ ਸੀ ਹੋਈ ਦੋ ਸੰਤਰੀ ਜਿਨ੍ਹਾਂ ਨੇ ਸਲਾਹ ਕੀਤੀ ਕਿ ਆਪਾਂ ਵੇਖਣਾ ਕਿ ਇਹ ਜਥੇਦਾਰ ਸੌਂਦਾ ਕਦੋਂ ਆ ਤਾਂ ਇੱਕ ਦਿਨ ਇਤਫਾਕ ਦੇ ਨਾਲ ਉਹਨਾਂ ਨੇ ਦੱਸਿਆ ਸੀ ਕਿ ਸਾਡੀ ਡਿਊਟੀ ਇਹੋ ਜਿਹੀ ਆ ਗਈ ਕੇ 12 ਵਜੇ ਮੈਂ ਹਟਣਾ ਸੀ ਤੇ 12 ਵਜੇ ਮੇਰੇ ਸਾਥੀ ਨੇ ਜੁਆਇਨ ਕਰਨਾ ਸੀ ਇੱਕ ਜਗ੍ਹਾ ਹੀ ਆ ਗਈ ਆ ਜਨਾਨ ਹਾਤੇ ਇਕੱਠੀ ਡਿਊਟੀ ਸੀ ਉਸ ਨੇ ਅੱਖਿਆ ਕਿ ਮੈਂ 12 ਵਜੇ हट ਗਿਆ ਤੇ ਦੂਸਰਾ 12 ਵਜੇ ਆ ਗਿਆ ਨਾ ਮੈਂ ਭਾਈ ਗੁਰਦੇਵ ਸਿੰਘ ਜੀ ਕੋਂਕੇ ਨੂੰ ਸੁੱਤੇ ਵੇਖਿਆ ਸਾਰੀ ਰਾਤ ਤੇ ਨਾ ਹੀ ਮੇਰੇ ਸਾਥੀ ਨੇ ਸੁੱਤੇ ਵੇਖਿਆ 12 ਵਜੇ ਤੋਂ ਬਾਅਦ ਸਾਰੀ ਰਾਤ ਹੀ ਉਹ ਚੌਂਕੜਾ ਮਾਰ ਕੇ ਦੱਤ ਤਰਫ ਅਕੇ ਪਾਠ ਕਰਦੇ ਰਹੇ ਇਹੋ ਜਿਹਾ ਜਥੇਦਾਰ ਕੀ ਸਹਿ ਕੌਮ ਨੂੰ ਨਸੀਬ ਦੁਬਾਰਾ ਹੋ ਸਕੇਗਾ ਬਹੁਤ ਹੀ ਸੋਚਣ ਅਤੇ ਵਿਚਾਰਨ ਵਾਲੀ ਗੱਲ ਹੈ ਜਿਸ ਨੇ ਬੰਦ ਬੰਦ ਕਰਵਾ ਕੇ ਸ਼ਹਾਦਤ ਪਾਈ ਸਵਰਨਿਕ ਕੋਟ ਨੇਰ ਵਰਗੇ ਦਸਤਨ ਨੂੰ ਵੰਗਾਰਿਆ ਉੱਥੇ ਉਸ ਨੇ ਸਰਕਾਰੀ ਤੇ ਨਾਲ ਨਾਲ ਗੈਰ ਸਰਕਾਰੀਆ ਦਾ ਵੀ ਦਬਾਅ ਕਦੀ ਵੀ ਕਬੂਲ ਨਹੀਂ ਕੀਤਾ ਸੋਸ ਭਾਈ ਗੁਰਦੇਵ ਸਿੰਘ ਜੀ ਕੌਂਕੀ ਦੀ ਸ਼ਹਾਦਤ ਨੂੰ ਹਾਰਦਿਕ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ